ਤੁਸੀਂ ਕਿਵੇਂ ਵੇਖ ਰਹੇ ਹੋ ਸਰਕਾਰ ਕਿਵੇਂ ਇਧਰੀ ਪਿੱਛੇ? ਸਰਕਾਰ ਦਾ ਜੀ ਬੇਕਾਰ ਆ ਰਹੀ, ਬੇੜਾ ਗਰਕ ਕਰਤਾ ਇਹਨਾਂ ਨੇ, ਹੋਰ ਵੀ ਕਰ ਦੇਣਾ ਇਹਨਾਂ, ਵਧੀਆ ਕਰੀ ਜਾਣ ਚੰਗੀ ਗੱਲ। ਮੁੱਦਾ ਪਹਿਲ ਦੇ ਆਧਾਰ ਤੇ ਹੱਲ ਹੋਣਾ ਜੀ, ਮੁੱਦੇ ਤਾਂ ਸਾਰੇ ਹੱਲ ਹੋਣੇ ਚਾਹੀਦੇ ਨੇ, ਸਾਰੇ ਇਹਨਾਂ ਨੇ ਖਰਾਬ ਕਰਤੇ, ਕਦੇ ਕੁਛ ਕਹਿੰਦੇ ਨੇ ਕਦੇ ਕੁਛ ਕਹਿੰਦੇ ਨੇ, ਹੱਲ ਇਹਨਾਂ ਤੋਂ ਕੋਈ ਹੋਇਆ ਹੀ ਨਹੀਂ, ਨਾ ਉਹ ਕਰ ਸਕਦੇ। ਮੁੱਖ ਮੰਤਰੀ ਪਹਿਲਾਂ ਦਾ ਬਿਆਨ ਕੁਛ ਦੇ ਦਿੰਦਾ, ਥੋੜ੍ਹੇ ਚਿਰ ਬਾਅਦ ਬਦਲ ਜਾਂਦਾ, ਵਾਅਦੇ ਹੀ ਨੇ ਪੂਰਾ ਕੋਈ ਨਹੀਂ ਹੋਣਾ। ਕਿਸਾਨੀ ਤਾਂ ਹੁਣ ਵੀ ਬਾਰਡਰ ਤੇ ਬੈਠੀ ਹੈ, ਕਿਸਾਨੀ ਨੂੰ ਤਾਂ ਇਹਨਾਂ ਨੇ ਦੇਖਿਆ ਹੀ ਨਹੀਂ, ਕਿਸਾਨੀ ਦਾ ਰੋਲ ਕੀ ਹੈ। ਪਹਿਲਾਂ ਚੋਣਾਂ ਹੁੰਦੀਆਂ ਸੀ ਉਹਦੇ ਵਿੱਚ ਜਿਹੜੇ ਵਾਅਦੇ ਸੀ ਲੋਕ, ਮਤਲਬ ਸਿਆਸੀ ਪਾਰਟੀਆਂ ਕਰਦੀਆਂ ਸੀ ਵਾਅਦੇ, ਉਹਨਾਂ ਦਾ ਜ਼ਿਆਦਾ ਪਤਾ ਨਹੀਂ ਸੀ ਲੱਗਦਾ ਲੋਕਾਂ ਨੂੰ ਕੀ ਵਾਅਦੇ ਕੀਤੇ। ਜਿਹੜਾ ਨੈੱਟ ਦਾ ਜ਼ਮਾਨਾ ਉਹਦੇ ਕਰਕੇ ਜਿਹੜੇ ਵਾਅਦੇ ਕਰਦੇ ਆ ਉਹਨਾਂ ਦਾ ਵੀ ਲੋਕਾਂ ਨੂੰ ਪਤਾ, ਔਰ ਉਹਨਾਂ ਦੇ ਪੂਰਾ ਨਾ ਹੋਣ ਦਾ ਵੀ ਪਤਾ, ਪੂਰੇ ਹੋਣ ਦਾ ਵੀ ਪਤਾ। ਮੰਡੀ ਸਿੰਘਾਂ ਦੇ ਮੁੱਦੇ ਨੇ ਅਤੇ ਕਿਸਾਨੀ ਦੇ ਮੁੱਦੇ ਨੇ ਜਾਂ ਹੋਰ ਜਿਹੜੇ ਸੈਂਟਰ ਲੈਵਲ ਦੇ ਮੁੱਦੇ ਨੇ, ਉਹ ਪੰਜਾਬ ਨੂੰ ਕੋਈ ਦੇਖ ਕੇ ਰਾਜੀ, ਪੰਜਾਬ ਦੀ ਕੋਈ ਗੱਲ ਸੁਣ ਕੇ ਰਾਜੀ। ਕੁਛ ਪੱਖ ਸਰਕਾਰ ਦੇ ਪੱਖ ਜਾ ਰਿਹਾ, ਕੁਛ ਉਲਟ ਜਾ ਰਹੇ ਆ, ਕਿਉਂਕਿ ਸਰਕਾਰ ਕੰਮ ਹੀ ਕੋਈ ਨਹੀਂ ਕਰ ਰਹੀ, ਉਹ ਮੁੱਦਿਆਂ ਦੇ ਵਿੱਚ ਕੋਈ ਪ੍ਰੋਪਰ ਹੱਲ ਹੀ ਨਹੀਂ ਦੇ ਰਹੀ ਸਰਕਾਰ। ਕਿਸਾਨ ਫੇਰ ਧਰਨੇ 'ਤੇ ਬੈਠੇ ਆ, ਮਜ਼ਦੂਰ ਧਰਨੇ 'ਤੇ ਬੈਠੇ ਆ, ਉਸ ਬਾਰੇ ਕੋਈ ਸੰਤੁਸ਼ਟੀ ਨਹੀਂ ਦੇ ਰਹੀ ਸਰਕਾਰ। ਕਹਿੰਦੀ ਜਨਤਾ ਪ੍ਰੋਗਰਾਮ ਦੇ ਵਿੱਚ ਸਭਨਾਂ ਦਾ ਜੀ ਆਇਆ, ਇਸ ਵਕਤ ਲੋਕ ਸਭਾ ਹਲਕਾ ਲੁਧਿਆਣਾ ਦੇ ਵਿੱਚ ਮੌਜੂਦ ਆ, ਲਗਾਤਾਰ ਸਾਰੇ ਕੈਂਡੀਡੇਟ ਆਪਣੇ ਵੋਟ ਦਾ ਦਾਅਵਾ ਕਰ ਰਹੇ, ਆਪਣੀ ਜਿੱਤ ਦਾ ਦਾਅਵਾ ਕਰ ਰਹੇ ਆ, ਪਰ ਗਰਾਊਂਡ ਰਿਐਲਿਟੀ ਕੀ ਆ ਲੋਕਾਂ ਤੋਂ ਜਾਣ ਲੈਂਦੇ ਹਾਂ ਕਿ ਵਾਅਦੇ ਪੂਰੇ ਹੋਏ ਜੋ ਪਿਛਲੀ ਸਰਕਾਰਾਂ ਨੇ ਕੀਤੇ ਸੀ, ਸਰਕਾਰ ਦੇ ਪ੍ਰਤੀ ਕੀ ਰਵੱਈਆ ਇਸ ਲੋਕ ਸਭਾ ਚੋਣਾਂ ਦੇ ਵਿੱਚ ਲੋਕ ਰੱਖ ਰਹੇ ਨੇ? ਗੱਲਬਾਤ ਕਰਦੇ ਹਾਂ, ਸ਼ੁਰੂਆਤ ਕਰਦੇ ਹਾਂ ਭਾਈ ਤੋਂ। ਭਾਅ ਜੀ ਕੀ ਨਾਮ ਆਪਣਾ ਜੀ? ਗੁਰਜੀਤ ਸਿੰਘ ਹੈ ਜੀ। 2024 ਦੀ ਲੋਕ ਸਭਾ ਚੋਣ ਆ ਰਹੀ ਆ, ਆਮ ਤੌਰ 'ਤੇ ਪਹਿਲਾਂ ਵਾਲੀ ਚੋਣਾਂ ਨਾਲੋਂ ਕੁਛ ਵੱਖਰੀ ਜਿਹੀ ਚੋਣ ਆ, ਪਹਿਲਾਂ ਇੰਨੀ ਟੈਕਨੋਲੋਜੀ ਨਹੀਂ ਸੀਗੀ ਜੋ ਆਪਾਂ ਪਹਿਲਾਂ ਦੇਖਿਆ, ਹੈ ਨਾ, ਹੁਣ ਥੋੜ੍ਹਾ ਜਿਹਾ ਫਰਕ ਹੋ ਗਿਆ, ਪਹਿਲਾਂ 3G 4G 5G ਤੱਕ ਪਹੁੰਚ ਚੁੱਕਿਆ ਹੁਣ, ਹੈ ਨਾ, ਸਮਾਂ ਬਦਲ ਗਿਆ, ਲੋਕ ਹਰ ਚੀਜ਼ ਨੋਟ ਕਰਦੇ ਪਏ ਆ, ਤੁਸੀਂ ਕਿਵੇਂ ਵੇਖ ਰਹੇ ਹੋ? ਜਿਹੜੀ ਪਹਿਲਾਂ ਚੋਣਾਂ ਹੁੰਦੀਆਂ ਸੀ ਉਹਦੇ ਵਿੱਚ ਜਿਹੜੇ ਵਾਅਦੇ ਸੀ ਲੋਕ, ਮਤਲਬ ਸਿਆਸੀ ਪਾਰਟੀਆਂ ਕਰਦੀਆਂ ਸੀ ਵਾਅਦੇ, ਉਹਨਾਂ ਦਾ ਜ਼ਿਆਦਾ ਪਤਾ ਨਹੀਂ ਸੀ ਲੱਗਦਾ ਲੋਕਾਂ ਨੂੰ ਕੀ ਵਾਅਦੇ ਕੀਤੇ। ਹੁਣ ਜਿਹੜਾ ਨੈੱਟ ਦਾ ਜ਼ਮਾਨਾ ਉਹਦੇ ਕਰਕੇ ਜਿਹੜੇ ਵਾਅਦੇ ਕਰਦੇ ਆ ਉਹਨਾਂ ਦਾ ਵੀ ਲੋਕਾਂ ਨੂੰ ਪਤਾ, ਔਰ ਉਹਨਾਂ ਦੇ ਪੂਰਾ ਨਾ ਹੋਣ ਦਾ ਵੀ ਪਤਾ, ਪੂਰੇ ਹੋਣ ਦਾ ਵੀ ਪਤਾ। ਇਸ ਕਰਕੇ ਜਿਹੜੀ ਜਨਤਾ ਹੁਣ ਜਾਗ ਚੁੱਕੀ ਹੈ, ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਿਹੜੀ ਪਾਰਟੀ ਨੇ ਕੀ ਕਿਹਾ ਸੀ, ਜਾਂ ਜਿਹੜੀ ਰੈਗੂਲਰ ਪਾਰਟੀ ਬਣ ਜਾਂਦੀ ਹੈ, ਜਿੱਤ ਜਾਂਦੀ ਹੈ, ਵੀ ਉਹਨਾਂ ਨੇ ਕੀ ਆਪਣੇ ਨਾਲ ਵਾਅਦੇ ਕੀਤੇ ਸੀ। ਜਿਹੜੀ ਐਤਕੀ ਚੋਣ ਹੋਈ ਸੀ ਵਿਧਾਨ ਸਭਾ ਦੀ, ਉਹਦੇ ਵਿੱਚ ਜਿਹੜੇ ਵਾਅਦੇ ਕੀਤੇ ਸੀ ਉਹ ਬਹੁਤ ਹੀ ਜ਼ਿਆਦਾ ਵਾਅਦੇ ਕੀਤੇ ਸੀ, ਜਿਵੇਂ ਲੇਡੀਜ਼ ਹੈ ਉਹਨਾਂ ਨੂੰ 1000-1000 ਰੁਪਇਆ ਕਹਿਤਾ, ਉਹ ਕਿਸੇ ਨੂੰ ਮਿਲਿਆ ਹੀ ਨਹੀਂ। ਇਸ ਤਰ੍ਹਾਂ ਦੇ ਜਿਹੜੇ ਵਾਅਦੇ ਸੀ ਉਹ ਲੋਕ ਹੁਣ ਯਾਦ ਰੱਖਦੇ ਨੇ, ਜਦੋਂ ਵਾਅਦੇ ਪੂਰੇ ਨਹੀਂ ਹੁੰਦੇ ਤਾਂ ਲੋਕਾਂ ਦਾ ਉਸ ਸਰਕਾਰਾਂ ਤੋਂ ਮੋਹ ਭੰਗ ਹੋ ਜਾਂਦਾ। ਸਰਕਾਰ ਦਾ ਰਵੱਈਆ ਕਿਵੇਂ ਅਦਰ ਆ ਪਿਛਲੇ 5 ਸਾਲ ਗਏ ਜਾਂ 10 ਸਾਲ ਕਹਿ ਸਕਦੇ ਹਾਂ, ਲੰਬਾ ਸਮਾਂ ਕੇਂਦਰ ਦੇ ਵਿੱਚ ਸਰਕਾਰ ਰਹੀ ਆ, ਕਿਵੇਂ ਦੀ ਲੱਗੀ ਸਰਕਾਰ? ਦੇਖੋ ਸੈਂਟਰ ਸਰਕਾਰ ਦਾ ਜਿਹੜਾ ਹੈ ਉਹ ਤਾਂ ਪੰਜਾਬ ਦੇ ਨਾਲ ਤਾਂ ਹਮੇਸ਼ਾ ਕੋਈ ਵੀ ਸਰਕਾਰ ਹੋਵੇ, ਪਹਿਲਾਂ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਉਹ ਵੀ ਵਿਤਕਰਾ ਕਰਦੀ ਰਹੀਆਂ, ਇਹ ਵੀ ਸਰਕਾਰ ਵਿਤਕਰਾ ਕਰਦੀ ਰਹੀ ਆ। ਜਿਹੜੇ ਪੰਜਾਬ ਦੇ ਅਸਲ ਮੁੱਦੇ ਸੀ, ਪੰਜਾਬ ਦੇ ਮੁੱਦੇ ਸੀ ਜਿਵੇਂ ਪਾਣੀ, ਪੰਜਾਬ ਤੋਂ ਪਾਣੀ ਖੋਹਣ ਦੀਆਂ ਸਾਰੀਆਂ ਸਰਕਾਰਾਂ ਸਿਆਸਤ ਕਰਦੀਆਂ ਨੇ, ਪਾਣੀ ਖੋਹਣ ਦੀ ਗੱਲ ਕਰਦੀਆਂ ਨੇ, ਔਰ ਜਿਹੜੇ ਹੋਰ ਪੰਜਾਬ ਦੇ ਮੁੱਦੇ ਨੇ ਜਿਵੇਂ ਬੰਦੀ ਸਿੰਘਾਂ ਦੇ ਮੁੱਦੇ ਨੇ ਅਤੇ ਕਿਸਾਨੀ ਦੇ ਮੁੱਦੇ ਨੇ ਜਾਂ ਹੋਰ ਜਿਹੜੇ ਸੈਂਟਰ ਲੈਵਲ ਦੇ ਮੁੱਦੇ ਨੇ, ਉਹ ਪੰਜਾਬ ਨੂੰ ਕੋਈ ਦੇ ਕੇ ਰਾਜੀ ਨਹੀਂ ਹੈ, ਪੰਜਾਬ ਦੀ ਕੋਈ ਗੱਲ ਸੁਣ ਕੇ ਰਾਜੀ ਨਹੀਂ ਹੈ। ਉਸੇ ਤਰ੍ਹਾਂ ਜਿਹੜੀਆਂ ਆਪਣੇ ਹੁਣ ਦੀਆਂ ਸਰਕਾਰਾਂ ਨੇ, ਇਹਨਾਂ ਨੇ ਵੀ ਪੰਜਾਬ ਲਈ ਕੁਛ ਨਹੀਂ ਕੀਤਾ। ਸੋ ਇਸ ਕਰਕੇ ਹੈ ਵੀ ਜਿਹੜੇ ਲੋਕਾਂ ਦਾ ਮੂਡ ਹੈ ਕਿ ਬਦਲਿਆ ਹੋਇਆ। ਆਪਣਾ ਕੀ ਨਾਮ ਭਾਅ ਜੀ? ਮਨਜੀਤ ਸਿੰਘ। ਮਨਜੀਤ ਜੀ, 2024 ਦੀ ਚੋਣ ਆ ਰਹੀ ਆ, ਲੁਧਿਆਣਾ ਲੋਕ ਸਭਾ ਹਲਕਾ ਜਿਹੜਾ ਬੜਾ ਇੰਪੋਰਟੈਂਟ, ਇੱਕ ਪੰਜਾਬ ਦਾ ਦਿਲ ਮੰਨਿਆ ਜਾਂਦਾ,
ਇੰਡਸਟਰੀ ਏਰੀਆ ਹੈਗਾ, ਕੁਛ ਕਿਸਾਨੀ ਏਰੀਆ ਵੀ ਹੈਗਾ। ਇੱਥੋਂ ਦੀ ਜਿਹੜੀ ਜਨਤਾ ਗੀ ਸ਼ਹਿਰੀ ਵੀ ਹੈ ਪੇਂਡੂ ਵੀ ਹੈ, ਇਸ ਵਾਰ ਦੀ ਚੋਣ ਕਿਵੇਂ ਵੇਖ ਰਹੇ ਹੋ ਪਹਿਲਾਂ ਤਾਂ ਤੁਸੀਂ? ਇਸ ਵਾਰ ਦੀ ਚੋਣ ਆ ਜਿਹੜੀ ਉਹ ਕਲੀਅਰਟੀ ਨਹੀਂ ਕੁਛ ਦੇ ਰਹੀ, ਕਿਉਂਕਿ ਕੁਛ ਪੱਖ ਸਰਕਾਰ ਦੇ ਪੱਖ ਜਾ ਰਿਹਾ, ਕੁਛ ਉਲਟ ਜਾ ਰਹੇ ਆ, ਕਿਉਂਕਿ ਸਰਕਾਰ ਕੰਮ ਹੀ ਕੋਈ ਨਹੀਂ ਕਰ ਰਹੀ, ਕਿਉਂਕਿ ਜ਼ਿਆਦਾਤਰ ਲੋਕਾਂ ਦਾ ਰੁਝਾਨ ਇਸ ਵਾਰ ਅਕਾਲੀ ਦਲ ਵੱਲ। ਅਤੇ ਜੇ ਗੱਲ ਕੀਤੀ ਜਾਵੇ ਕੇਂਦਰ ਸਰਕਾਰ ਦੀ, ਪਿਛਲੇ 10 ਸਾਲ ਦਾ ਸਮਾਂ ਕਿਵੇਂ ਦਰ, ਭਾਅ ਜੀ ਹੋਰਾਂ ਨੇ ਜ਼ਿਕਰ ਕੀਤਾ ਕਿ ਬਹੁਤ ਸਾਰੇ ਮੁੱਦੇ ਆ ਜਿਹੜੇ ਹੱਲ ਨਹੀਂ ਕਰਦੀ ਕੇਂਦਰ ਸਰਕਾਰ, ਉਹਨਾਂ ਦਾ ਜ਼ਿਕਰ ਥੋੜ੍ਹਾ ਤੁਸੀਂ ਕੀ? ਉਹ ਮੁੱਦਿਆਂ ਦੇ ਵਿੱਚ ਕੋਈ ਪ੍ਰੋਪਰ ਹੱਲ ਹੀ ਨਹੀਂ ਦੇ ਰਹੀ ਸਰਕਾਰ। ਕਿਸਾਨ ਫੇਰ ਧਰਨੇ 'ਤੇ ਬੈਠੇ ਆ, ਮਜ਼ਦੂਰ ਧਰਨੇ 'ਤੇ ਬੈਠੇ ਆ, ਉਸ ਬਾਰੇ ਕੋਈ ਸੰਤੁਸ਼ਟੀ ਨਹੀਂ ਦੇ ਰਹੀ ਸਰਕਾਰ। ਅਤੇ ਤੁਹਾਨੂੰ ਕੀ ਲੱਗ ਰਿਹਾ ਕਿ ਲੁਧਿਆਣਾ ਦੀ ਹਵਾ ਕਿਵੇਂ ਲੱਗ ਰਹੀ ਆ, ਕਿਉਂਕਿ ਜਿਹੜਾ ਕਾਂਗਰਸ ਦਾ ਕੈਂਡੀਡੇਟ ਸੀ ਅੱਜ ਕੱਲ੍ਹ ਭਾਜਪਾ 'ਚ ਆ, ਅਤੇ ਜੋ ਕਾਂਗਰਸ ਦਾ ਕੈਂਡੀਡੇਟ ਉਹ ਬਾਹਰੋਂ ਆਇਆ ਗਿਆ, ਮੌਜੂਦਾ ਵਿਧਾਇਕ ਵੀ ਆ, ਅਤੇ ਮੌਜੂਦਾ ਵਿਧਾਇਕ ਨੂੰ ਹੀ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਆ, ਅਕਾਲੀ ਦਲ ਵੱਲੋਂ ਵੀ ਆਪਣਾ ਉਮੀਦਵਾਰ ਖੜਾ ਕੀਤਾ, ਤੁਸੀਂ ਕਿਵੇਂ ਵੇਖ ਰਹੇ ਹੋ ਸਾਰੇ ਕੈਂਡੀਡੇਟਸ? ਇਸ ਵਾਰ ਕੈਂਡੀਡੇਟ ਤਾਂ ਬਾਹਰੋਂ ਲੈ ਕੇ ਆਉਂਦਾ ਕਾਂਗਰਸ ਵਾਲਾ, ਤਾਂ ਜਿਹੜਾ ਪਹਿਲਾਂ ਕਾਂਗਰਸ ਤੋਂ ਭਾਜਪਾ ਚੱਲਿਆ ਗਿਆ, ਇਸ ਵਾਰ ਰਣਜੀਤ ਸਿੰਘ ਢਿੱਲੋਂ ਅਕਾਲੀ ਦਲ 'ਚ ਹੈਗਾ, ਉਮੀਦ ਆ ਵੀ ਉਹ ਸੀਟ ਕੱਢ ਲੂਗਾ। ਅੱਛਾ, ਜੋ ਮੌਜੂਦਾ ਵਿਧਾਇਕ ਆਮ ਆਦਮੀ ਪਾਰਟੀ ਦਾ, ਉਹਨਾਂ ਨੂੰ ਮਿਲੇ ਨਹੀਂ ਕਦੇ। ਕੋਈ ਕਿਸਾਨੀ ਦਾ ਮੁੱਦਾ ਖੜਾ, ਇੱਕ ਵੱਡਾ ਅੰਦੋਲਨ ਗਿਆ, ਇੱਕ ਕੋਵਿਡ ਦਾ ਟਾਈਮ ਗਿਆ ਜਦੋਂ ਕਰੋਨਾ ਆਇਆ, ਹਨਾ, ਕੋਈ ਕਹਿੰਦਾ ਰੁਜ਼ਗਾਰ ਨਹੀਂ ਮਿਲਿਆ, ਇਹ ਸਮੇਂ ਦੇ ਵਿੱਚ ਬਹੁਤ ਸਾਰੇ ਜਵਾਕ ਵੀ ਬਾਹਰ ਚੱਲ ਗਏ, ਵਿਦੇਸ਼ਾਂ ਵੱਲ ਚੱਲ ਗਏ, ਹਨਾ, ਕੋਈ ਇੱਕ ਪੀੜ੍ਹੀ ਕਰੋਨਾ ਦੇ ਵਿੱਚ ਕਈਆਂ ਦੀ ਖਤਮ ਹੋ ਗਈ, ਹਨਾ, ਤੁਸੀਂ ਕਿਵੇਂ ਵੇਖ ਰਹੇ ਹੋ ਸਰਕਾਰ ਕਿਵੇਂ ਦੇ ਰਹੀ ਪਿਛਲੇ? ਸਰਕਾਰ ਦਾ ਜੀ ਬੇਕਾਰ ਆ, ਰੱਦੀ ਸਰਕਾਰ, ਇਹ ਬੇੜਾ ਗਰਕ ਕਰਤਾ ਇਹਨਾਂ ਨੇ, ਹੋਰ ਵੀ ਕਰ ਦੇਣਾ, ਇਹਨਾਂ ਨੂੰ ਵਧੀਆ ਕਰੀ ਜਾਣ, ਚੰਗੀ ਗੱਲ, ਅਸੀਂ ਬੜੇ ਖੁਸ਼ ਹਾਂ। ਮਦਦਗਾਰ ਕਿਹੜੀ ਸਰਕਾਰ ਸਮਝ ਰਹੇ ਹੋ ਹੁਣ ਤੱਕ, ਜਿਹੜੇ ਆਪਾਂ 75 ਸਾਲ ਤੱਕ ਦਾ ਸਮਾਂ ਦੇਖੀਏ ਕੇਂਦਰ ਦੇ ਵਿੱਚ, ਕਿਹੜੀ ਸਰਕਾਰ? ਜਿੰਨਾ ਚਿਰ ਬਾਦਲ ਸਾਹਿਬ ਰਹੇ ਨੇ ਵਧੀਆ ਰਹੇ ਨੇ। ਕੇਂਦਰ ਦੀ ਗੱਲ ਕੀਤੀ ਜਾਵੇ, ਕੇਂਦਰ ਦਾ ਜੀ ਮੈਂ ਪੌਣਪੜ ਬੰਦਾ, ਇੰਨਾ ਮੈਨੂੰ ਪਤਾ ਹੀ ਨਹੀਂ, ਸਿੱਧੀ ਗੱਲ। ਅਤੇ ਕਿਹੜਾ ਮੁੱਦਾ ਪਹਿਲ ਦੇ ਆਧਾਰ 'ਤੇ ਹੱਲ ਹੋਣਾ ਚਾਹੀਦਾ ਜੀ? ਮੁੱਦੇ ਤਾਂ ਸਾਰੇ ਹੱਲ ਹੋਣੇ ਚਾਹੀਦੇ ਨੇ, ਸਾਰੇ ਇਹਨਾਂ ਨੇ ਖਰਾਬ ਕਰਤੇ, ਕਦੇ ਕੁਛ ਕਹਿੰਦੇ ਨੇ, ਕਦੇ ਕੁਛ ਕਹਿੰਦੇ ਨੇ, ਹੱਲ ਇਹਨਾਂ ਤੋਂ ਕੋਈ ਹੋਇਆ ਹੀ ਨਹੀਂ, ਨਾ ਉਹ ਕਰ ਸਕਦੇ ਨੇ। ਹੋਰਾਂ ਨਾਲ ਗੱਲਬਾਤ ਕਰਕੇ ਜਾਣ ਲੈਂਦੇ, ਕੀ ਵਿਚਾਰ ਹੈ ਇਸ ਚੋਣਾਂ ਨੂੰ ਲੈ ਕੇ ਰੱਖ ਰਹੇ? ਭਾਅ ਜੀ ਕੀ ਨਾਮ ਆਪਣਾ ਜੀ? ਦਵਿੰਦਰ ਸਿੰਘ ਜੀ। ਦਵਿੰਦਰ ਸਿੰਘ ਜੀ, 2024 ਦੀ ਚੋਣ ਆ ਰਹੀ ਆ, ਕਿਵੇਂ ਵੇਖ ਰਹੇ ਹੋ ਇਸ ਚੋਣ ਨੂੰ? ਹਰ ਕੋਈ ਕੈਂਡੀਡੇਟ ਕੋਈ ਸਿੱਖਿਆ ਦੇ ਆਧਾਰ 'ਤੇ ਵੋਟ ਮੰਗਦਾ, ਕੋਈ ਸਿਹਤ ਦੇ 'ਤੇ, ਕੋਈ ਰੁਜ਼ਗਾਰ ਦੇ, ਜਵਾਕਾਂ ਨੂੰ ਰੁਜ਼ਗਾਰ ਦਾ, ਤੁਸੀਂ ਕਿਵੇਂ ਵੇਖ ਰਹੇ ਹੋ? ਦੇਖੋ ਜੀ, ਜਿਹੜੇ ਆਮ ਆਦਮੀ ਪਾਰਟੀ ਆ, ਬੜੀ ਨੌਜਵਾਨਾਂ ਨੇ ਪੂਰੀ ਹੁੰਬ ਹੁੰਬਾ ਕੇ ਬਣਾਈ ਸੀ, ਵੋਟ ਪਾਈ ਸੀ, ਪਰ ਇਹ ਆਪਣੀਆਂ ਮੰਗਾਂ ਦੇ ਪੂਰੇ ਉਤਰੇ ਨਹੀਂ। ਦੇਖੋ ਰੁਜ਼ਗਾਰ ਦੇ ਵੀ ਨਹੀਂ ਕੋਈ, ਸਾਡੇ ਤਾਂ ਕਿਸੇ ਨੂੰ ਅਸੀਂ ਦੇਖ ਰਹੇ ਹਾਂ ਪਿੰਡ ਵਿੱਚ ਕਿਸੇ ਨੂੰ ਮਿਲਿਆ ਨਹੀਂ ਰੁਜ਼ਗਾਰ। ਨੰਬਰ 2 'ਤੇ ਆਪਦੇ ਵਾਅਦੇ ਨਹੀਂ ਇਹਨਾਂ ਨੇ ਕੋਈ ਪੂਰਾ ਕਰਿਆ। ਮੁੱਖ ਮੰਤਰੀ ਪਹਿਲਾਂ ਦਾ ਬਿਆਨ ਤਾਂ ਕੁਛ ਦੇ ਦਿੰਦਾ, ਥੋੜ੍ਹੇ ਚਿਰ ਬਾਅਦ ਬਦਲ ਜਾਂਦਾ। ਹਾਲਾਂਕਿ ਉਸਨੂੰ ਇਹ ਨਹੀਂ ਪਤਾ ਵੀ ਮੈਂ ਕੀ ਕਹਿਣਾ ਵਾਂ, ਮਗਰੋਂ ਜਾਣੀ ਕਿ ਉਹ ਗਲਤ ਖਰਾ ਨਹੀਂ ਉਤਰਦਾ। ਇਹ ਤਾਂ ਜੀ ਬਿਲਕੁਲ ਸਰਕਾਰ ਬੇਕਾਰ ਆ। ਇਹ ਤਾਂ ਜੀ ਅਸੀਂ ਤਾਂ ਚਾਹੁੰਦੇ ਹਾਂ ਵੀ ਅਕਾਲੀ ਦਲ ਆ ਜਾਵੇ ਤਾਂ ਵਧੀਆ ਜੀ। ਕੇਂਦਰ ਸਰਕਾਰ ਆਈ ਆ ਜੀ, ਤੁਹਾਨੂੰ ਪਤਾ ਪਹਿਲਾਂ ਵੀ ਦੱਸਿਆ ਜੀ ਆਪਣੇ ਭਰਾਵਾਂ ਨੇ ਵੀ ਪੰਜਾਬ ਦੀਆਂ, ਪੰਜਾਬ ਬਾਰੇ ਤਾਂ ਕੁਛ ਸੋਚ ਹੀ ਨਹੀਂ ਰਹੇ, ਪਾਣੀ ਦੇ ਮੁੱਦਿਆਂ ਨੂੰ ਨਹੀਂ ਕੋਈ ਹੱਲ ਕਰ ਰਹੇ, ਬੰਦੀ ਸਿੰਘਾਂ ਦਾ ਨਹੀਂ ਕੋਈ ਹੱਲ ਕਰ ਰਹੇ, ਹੁਣ ਉਹ ਇੰਨਾ ਚਿਰ ਹੋ ਗਿਆ ਆਪਣੀਆਂ ਸਜ਼ਾਵਾਂ ਕੱਟ ਚੁੱਕੇ ਨੇ, ਉਹਨਾਂ ਬਾਰੇ ਕੋਈ ਸੋਚ ਹੀ ਨਹੀਂ ਰਿਹਾ। ਠੀਕ ਹੈ ਜੀ, ਅਸੀਂ ਇਹਨਾਂ ਨੂੰ ਕੋਈ ਵਧੀਆ ਨਹੀਂ ਸਰਕਾਰ ਮੰਨ ਰਹੇ। ਜੋ ਪਹਿਲਾਂ ਜੋ ਕਹਿ ਸਕਦੇ ਕਿ MP ਸੀ, ਉਹ ਕਿਵੇਂ ਦਾ ਲੱਗਿਆ ਕੰਮ? ਕਿਹੜਾ ਜੀ? ਲੁਧਿਆਣਾ ਦੇ ਜੋ MP ਸੀ, ਉਹ ਜੀ ਵੋਟਾਂ ਲੈ ਜਾਂਦੇ ਸੀਗੇ, ਮੁੜ ਕੇ ਉਹ ਆਉਂਦੇ ਨਹੀਂ ਸੀ, ਦੇਖੇ ਵੀ ਨਹੀਂ ਅਸੀਂ ਤਾਂ, ਮੁੜ ਕੇ ਆਏ ਵੀ ਹੈ ਨਹੀਂ, ਉਹ ਕੋਈ ਉਹਨਾਂ ਦੀ ਅਜੇ ਤੱਕ ਗਰੰਟੀ ਆਈ ਉਹਨਾਂ ਦੀ,
ਠੀਕ ਹੈ ਜੀ। ਹੁਣ ਉਹ ਉੱਧਰ ਜਾ ਵੜੇ, ਇਹਨਾਂ ਦਾ ਕੁਰਸੀ ਚਾਹੀਦੀ ਹੈ ਜੀ। ਪਤਾ ਨਹੀਂ ਇਹ ਕੀ ਸੋਚਦੇ, ਜਨਤਾ ਵਰ ਤਾਂ ਸੋਚਦੇ, ਜਨਤਾ ਨੂੰ ਭੋਲੀ ਭਾਲੀ ਲੁੱਟ ਕੇ ਚਲੇ ਜਾਂਦੇ ਨੇ, ਮਗਰੋਂ ਆਪੋ ਆਪਣੇ ਬਸ ਕੰਮਾਂ ਕਾਰਾਂ 'ਚ ਫਿੱਟ ਰਹਿੰਦੇ ਨੇ, ਕੋਈ ਸੋਚ ਨਹੀਂ ਰਹੇ। ਅਤੇ ਹੁਣ ਉਹ ਜਾ ਵੜੇ ਭਾਜਪਾ 'ਚ, ਇੱਕ ਪੂਰੀ ਤਰ੍ਹਾਂ ਹਾਰਨਗੇ ਜੀ। ਅਸੀਂ ਪੂਰਾ ਵਾਅਦਾ ਕਰ ਰਹੇ ਹਾਂ ਵੀ ਨਾਲ ਗੱਲਬਾਤ ਕਰ ਲੈਣੇ ਆਪਣੇ। ਉਹ ਮੁੰਡਾ ਬੈਠਾ ਤਾਂ ਵੀ ਆਪਣਾ ਨਾਮ ਕੇਵਲ ਸਿੰਘ ਜੀ। ਬਾਈ ਜੀ 2024 ਦੀ ਚੋਣ ਆ ਰਹੀ ਆ, ਚੋ ਕੋਈ ਚੱਕਰ ਨਹੀਂ, ਉਹ ਵੀ ਬੋਲ ਲੈਣੇ, ਤੁਸੀਂ ਵੀ ਦੱਸੋ, ਵੋਟ ਤਾਂ ਪਾਉਂਦੇ ਹੋ ਨਾ? ਵੋਟ ਪਾਉਂਦੇ ਹੋ ਹਨਾ? ਅਤੇ 24 ਦੀ ਚੋਣ ਆਈ ਇਹਦੀ ਆ, 24 ਦੀ ਚੋਣ ਕਿਵੇਂ ਵੇਖ ਰਹੇ ਹੋ? ਕੋਈ ਲੀਡਰ ਕਿਸ ਆਧਾਰ 'ਤੇ ਵੋਟ ਮੰਗਦਾ, ਕੋਈ ਸਰਕਾਰ ਕਿਵੇਂ ਲੱਗੀ? ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਵਧੀਆ ਲੱਗਿਆ। ਹਾਂਜੀ, ਕੰਮ ਲੋਟ ਹੈ ਸਾਰਿਆਂ ਦਾ, ਕੋਈ ਜਿਹਾ ਹੀ ਆ। ਤਾਂ ਹੋਰਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ ਜੋ ਇੱਥੇ ਲੋਕ ਮੌਜੂਦ ਨੇ। ਆਪਣਾ ਕੀ ਨਾਮ ਭਾਅ ਜੀ? ਬਲਜੀਤ ਸਿੰਘ ਜੀ। 2024 ਦੀ ਚੋਣ ਨੂੰ ਕਿਸ ਤਰ੍ਹਾਂ ਵੇਖ ਰਹੇ ਹੋ ਜੋ ਇਹ ਚੋਣ ਆਈ ਆ? ਕਹਿੰਦੇ ਬਹੁਤ ਸਾਰੇ ਵਾਅਦੇ ਲੈ ਕੇ ਆਈ ਆ, ਵਾਅਦੇ ਹਰ ਸਾਲ ਹੀ ਆਉਂਦੇ ਹੁੰਦੇ ਆ ਜਨਤਾ ਦੀ, ਜਦੋਂ ਆਜ਼ਾਦੀ ਹੋਈ ਆ ਦੇਸ਼ ਦੀ ਉਦੋਂ ਵਾਅਦੇ ਤਾਂ ਆਮ ਜੀ ਗੱਲ ਹੋ ਗਈ, ਪਰ ਸਰਕਾਰ ਦਾ ਰਵੱਈਆ ਕਿਵੇਂ ਦਾ ਰਿਹਾ? ਸਰਕਾਰ ਨੇ ਪਿਛਲੇ ਜੋ ਸਰਕਾਰ ਗਈ ਆ, ਕੰਮ ਸਹੀ ਕੀਤਾ ਕਿਵੇਂ ਦਾ ਰਿਹਾ? ਦੇਖੋ ਜੀ, ਜਿਹੜੀਆਂ ਇਹ ਸਰਕਾਰਾਂ ਨੇ, ਇਹ ਸਰਕਾਰਾਂ ਸਿਰਫ ਲਾਰੇ ਲਾਉਂਦੀਆਂ ਨੇ, ਕਿਸੇ ਕੋਈ ਵਾਅਦਾ ਨਹੀਂ ਪੂਰਾ ਕਰਦਾ। ਕਿਸਾਨੀ ਬਾਰਡਰਾਂ 'ਤੇ ਰੋਲੀ, ਠੀਕ ਹੈ ਜੀ। ਪਾਣੀਆਂ ਦਾ ਹੱਲ ਇਹਨਾਂ ਨੇ ਨਹੀਂ ਕੋਈ ਕਰਿਆ, ਬੰਦੀ ਸਿੰਘ ਇਹਨਾਂ ਨੇ ਨਹੀਂ ਛੱਡੇ। ਸਾਰੀਆਂ ਸਰਕਾਰਾਂ ਵਾਅਦਾ ਕਰਦੀਆਂ ਨੇ ਵੋਟਾਂ ਲੈਣ ਤੋਂ ਪਹਿਲਾਂ ਵੀ ਅਸੀਂ ਬੰਦੀ ਸਿੰਘ ਛਡਾਵਾਂਗੇ ਜੀ, ਇਹ ਕਰਾਂਗੇ, ਪਰ ਕਰਦੇ ਕੁਛ ਨਹੀਂ। ਇੱਕ ਹੈ ਜਿਹੜਾ ਇਹਨਾਂ ਦਾ ਕੰਮ ਹੈ ਪਾਰਟੀ ਬਦਲਣਾ ਲੀਡਰਾਂ ਦਾ, ਉਹ ਜਲਦੀ ਦੇਖਦੇ ਨੇ ਵੀ ਅਸੀਂ ਆਹ ਸੀਟ ਤੋਂ ਜਿੱਤ ਜਾਵਾਂਗੇ, ਆਹ ਸੀਟ ਨੂੰ ਛੱਡਤਾ, ਇੱਧਰ ਆ ਕੇ ਖੜ ਗਏ, ਪਰ ਉਹ ਜਿੱਤਣ ਜੁੱਤਣ ਵਾਲਾ ਇਹਨਾਂ ਨੂੰ ਭੁਲੇਖਾ ਹੈ। ਹੁਣ ਲੋਕ ਜਾਗਰੂਕ ਹੋ ਗਏ, ਹੁਣ ਕੋਈ ਜਿੱਤ ਨਹੀਂ ਸਕਦਾ, ਹੁਣ ਜਿਹੜਾ ਕੰਮ ਕਰੂ ਉਹੀ ਜਿੱਤੂ, ਦੂਜਾ ਬੰਦਾ ਨਹੀਂ ਜਿੱਤ ਸਕਦਾ। ਅਗਲੀ ਪੀੜ੍ਹੀ ਨੂੰ ਕੀ ਸੇਧ ਦੇ ਰਿਹਾ ਫਿਰ ਜਿਹੜੇ ਦਲ ਬਦਲ ਰਹੇ ਨੇ? ਪਹਿਲਾਂ ਹੁੰਦਾ ਸੀਗਾ ਕਿ ਪਾਰਟੀਆਂ ਨੂੰ ਮਾਵਾਂ ਸਮਝ ਕੇ ਜਾਂਦੇ ਸੀਗੇ ਲੀਡਰ, ਹੁਣ ਜਿਹੜੀ ਚੀਜ਼ ਕਰਦਾ ਉਸ 'ਚ ਚੱਲ ਜਾਂਦਾ? ਇਹ ਤਾਂ ਹੁਣ ਲੋਕ ਸਮਝ ਚੁੱਕੇ ਜੀ ਇਹ ਗੱਲ ਨੂੰ, ਬਈ ਲੀਡਰ ਦਲ ਬਦਲੂ ਨੇ, ਦਲ ਬਦਲੂ ਬੰਦੇ ਨੂੰ ਕੋਈ ਮੂੰਹ ਨਹੀਂ ਲਾ ਕੇ ਰਾਜੀ। ਇਹ ਉਹੀ ਚੱਕਰ ਹੋ ਗਿਆ ਬਈ ਇਹਨਾਂ ਨੇ ਸੇਧ ਕੀ ਦੇਣੀ ਹੈ? ਜਿਹੜਾ ਆਪ ਹੀ ਬੰਦਾ ਦਲ ਬਦਲੂ ਹੈ, ਉਹ ਬੱਚਿਆਂ ਨੂੰ ਕੀ ਸੇਧ ਦਊ? ਮੁੱਖ ਤੌਰ 'ਤੇ ਜੇ ਲੁਧਿਆਣਾ ਦੇ ਡਿਵੈਲਪਮੈਂਟ ਦੀ ਗੱਲ ਕੀਤੀ ਜਾਵੇ, ਕੀ ਲੱਗਦਾ ਕਿ ਜੋ ਕੰਮ ਹੋਏ ਸਰਕਾਰਾਂ ਦੇ ਵਕਤ ਹੋਏ ਵੀ, ਕੀ ਤੁਸੀਂ ਸੈਟਿਸਫਾਈ ਹੋ? ਦੇਖੋ ਜੀ, ਜਿਹੜਾ ਤਾਂ ਜਿੰਨਾ ਚਿਰ ਬਾਦਲ ਸਾਹਿਬ ਰਹੇ ਨੇ ਉਹਨਾਂ ਨੇ ਜਿੰਨੀ ਡਿਵੈਲਪਮੈਂਟ ਕੀਤੀ ਹੈ ਕਿਸੇ ਤੋਂ ਨਹੀਂ ਹੋਈ, ਠੀਕ ਹੈ ਜੀ। ਬੜੇ ਬਾਦਲ ਸਾਹਿਬ ਨੇ ਬ੍ਰਿਜ ਬਣਾਏ ਲੁਧਿਆਣਾ ਸ਼ਹਿਰ 'ਚ, ਹੋਰ ਆਲੇ ਦੁਆਲੇ ਪਿੰਡਾਂ ਦਾ ਕੋਈ ਵਿਕਾਸ ਨਹੀਂ ਛੱਡਿਆ, ਅਤੇ ਕਾਂਗਰਸ ਆਈ, ਕਾਂਗਰਸ ਨੇ ਕੁਛ ਨਹੀਂ ਕਰਿਆ। ਆਹ ਹੁਣ ਨਵੀਂ ਸਰਕਾਰ ਆਈ ਹੈ, ਇਹ ਤਾਂ ਹੁਣ ਸਾਰਿਆਂ ਨੇ ਦੇਖ ਹੀ ਲਈ ਵੀ 2.5 ਸਾਲ 'ਚ ਕਿੰਨਾ ਕਰਜ਼ਾ ਸਿਰ ਚੜ੍ਹਾਤਾ, ਕੁਛ ਨਹੀਂ ਕਰਿਆ ਇਹਨਾਂ ਨੇ। ਕਰਜ਼ੇ ਚੱਕਣ 'ਤੇ ਜ਼ੋਰ ਹੈ, ਨਾ ਕਿ ਡਿਵੈਲਪਮੈਂਟ 'ਤੇ ਜ਼ੋਰ ਹੈ। ਅੱਜ ਭਾਜਪਾ ਵੀ ਆਪਣੇ ਕੈਂਡੀਡੇਟ ਖੜ੍ਹੇ ਕਰ ਰਹੀ ਹੈ, ਕੋਈ ਦੂਸਰੀ ਪਾਰਟੀਆਂ 'ਚੋਂ ਭਾਵੇਂ ਲੈ ਕੇ ਆ ਰਹੇ ਆ, ਪਰ ਦਾਅਵਾ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਅਸੀਂ ਆਪਣੀ ਸਰਕਾਰ ਬਣਾਵਾਂਗੇ, ਪੰਜਾਬ ਦੇ ਵਿੱਚ ਲੈ ਕੇ ਆਵਾਂਗੇ, ਅਤੇ ਬਹੁਤ ਸਾਰੇ ਮੁੱਦੇ ਵੀ ਉਹਨਾਂ ਨੇ ਦੱਸੇ ਕਿ ਅਸੀਂ ਹੱਲ ਕੱਢੇ ਜਾਣਗੇ, ਭਾਵੇਂ ਕਿਸਾਨੀ ਨਾਲ ਸੰਬੰਧਿਤ ਆ, ਔਰਤਾਂ ਨੂੰ ਪੈਸੇ ਦੇਣ ਨਾਲ ਸੰਬੰਧਿਤ ਆ, ਸਕੀਮਾਂ ਦੇ ਵਿੱਚ ਵਾਧਾ ਕਰ ਰਿਹਾ, ਭਾਵੇਂ ਜੋ ਆਯੁਸ਼ਮਾਨ ਬੀਮਾ ਵਰਗੀ ਯੋਜਨਾ ਵਰਗੀ ਸਕੀਮ ਆ, ਉਹਦੇ ਵਿੱਚ ਅਸੀਂ ਵਾਧਾ ਕਰੇ। ਤੁਸੀਂ ਵੇਖ ਰਹੇ ਜੋ ਮੈਨੂਫੈਸਟੋ ਦੇਖ ਰਹੇ ਹੋ, ਕਿ ਵਧੀਆ ਲੱਗਿਆ ਕਿ ਕੰਮ ਜੋ ਪਹਿਲਾਂ ਕੀਤੇ ਸੀ ਵਾਅਦੇ ਪੂਰੇ ਹੋਏ, ਦੁਬਾਰਾ ਫਿਰ ਮੈਨੂਫੈਸਟੋ ਵਿੱਚ ਪਾ ਰਹੇ? ਨਾ ਜੀ, ਇਹ ਤਾਂ ਆਏ ਸਾਲ ਹੀ ਹੁੰਦਾ, ਆਈਆਂ ਆਉਣ, ਜਦੋਂ ਵੀ ਵੋਟਾਂ ਆਉਣੀਆਂ ਨੇ ਇਹੀ ਕੁਛ ਹੋਣਾ, ਵਾਅਦੇ ਹੀ ਨੇ, ਪੂਰਾ ਕੋਈ ਨਹੀਂ ਹੋਣਾ। ਹੁਣ ਐਤੀ ਲੇਡੀਜ਼ ਨੂੰ 1000 ਰੁਪਇਆ ਦੱਸਿਆ ਇਹਨਾਂ ਨੇ, ਦਿੱਤਾ ਕਿਸੇ ਨੇ ਨਹੀਂ, 2.5 ਸਾਲ ਹੋ ਗਏ ਸਰਕਾਰ ਨੂੰ। ਕਿਸਾਨੀ ਦਾ ਮੁੱਦਾ, ਕਿਸਾਨੀ ਤਾਂ ਹੁਣ ਵੀ ਬਾਰਡਰ 'ਤੇ ਬੈਠੀ ਹੈ, ਕਿਸਾਨੀ ਨੂੰ ਤਾਂ ਇਹਨਾਂ ਨੇ ਦੇਖਿਆ ਹੀ ਨਹੀਂ।
ਕਿਸਾਨੀ ਦਾ ਰੋਲ ਸੀ ਇਹਨਾਂ ਨੂੰ। ਹਵਾ ਕਿਹਦੀ ਲੱਗ ਰਹੀ ਹੈ ਇਸ ਵਾਰ 2024 ਜਿਹੜਾ ਤੁਸੀਂ ਕਿਹਾ ਵੀ ਬੀਜੇਪੀ ਦਾ ਪੰਜਾਬ ਦੇ ਵਿੱਚ ਕੋਈ ਹੈ ਨਹੀਂ ਹੋਲਡ, ਇਹ ਖਤਮ ਹੈ ਨਾ, ਇਹਨਾਂ ਦਾ ਕੋਈ ਕੈਂਡੀਡੇਟ ਜਿੱਤਣਾ, ਇਹ ਪਿੰਡਾਂ ਦੇ ਲੋਕ ਨੇ ਸਮਝ ਚੁੱਕੇ ਨੇ ਵੀ ਜਿਹੜੀ ਪਾਰਟੀ ਕਿਸਾਨੀ ਨੂੰ ਸਮਝਦੀ ਨਹੀਂ, ਕਿਸਾਨੀ ਨਾਲ ਹੀ ਸਾਰੇ ਜੁੜੇ ਹੋਏ ਨੇ, ਉਹਨਾਂ ਨੇ ਕੀ ਕਰਨਾ, ਉਹਨਾਂ ਨੇ ਵੋਟ ਪਾਉਣੀ ਨਹੀਂ। ਹਵਾ ਕਿਹਦੀ ਲੱਗ ਰਹੀ ਹੈ ਇਸ ਵਾਰ? ਹਵਾ ਤੁਹਾਨੂੰ ਵਕਤ ਦੱਸੂ ਜੀ, ਹਾਂ ਵਕਤ ਦੱਸੂ। ਤਾਂ ਲਗਾਤਾਰ ਬਹੁਤ ਸਾਰੇ ਲੋਕਾਂ ਦੀ ਮੁਸ਼ਕਲਾਂ ਨੇ, ਕਿਉਂਕਿ ਜਿਸ ਤਰੀਕੇ ਨਾਲ 2024 ਦੀ ਚੋਣ ਆਈ, ਬਹੁਤ ਸਾਰੇ ਬਦਲਾਵ ਵੀ ਲੈ ਕੇ ਆਈ, ਸਮਾਂ ਬਦਲਿਆ, ਪਰ ਲੋਕ ਯਕੀਨ ਕਰਨਾ ਕਿਤੇ ਨਾ ਕਿਤੇ ਬੰਦ ਕਰ ਦਿੰਦੇ ਨੇ, ਜਦ ਵਾਅਦੇ ਕਰਦੇ ਆ ਤਾਂ ਪੂਰੇ ਨਹੀਂ ਹੁੰਦੇ।